ਟਾਇਰ ਪਾ ਕੇ ਤੁਹਾਨੂੰ ਸਾੜਿਆ ਜਾਂ ਤੁਸੀਂ ਫਿਰ ਵੀ ਸੁਧਰਦੇ ਔਰ ਫੈਨ ਦੇ ਤੁਸੀਂ ਜਗਾਰੇ ਔਰ ਤੁਸੀਂ ਨਹੀਂ ਜਗਾਰੇ ਛੱਡਣੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਕੌਮ ਹੈ ਸਾਡੀ ਮਰੀ ਹੋਈ ਤੁਹਾਡੇ ਪੱਲੇ ਕੱਖ ਨਹੀਂ ਹੈ ਔਰ ਯਾਦ ਰੱਖੋ ਮੇਰੀ ਗੱਲ ਨੋਟ ਕਰ ਲਿਓ ਦੁਬਾਰਾ ਭੁਗਤੋਗੇ ਮੈਂ ਪੀਲੇ ਪਰਨੇ ਜਿਹਨੂੰ ਮਰਜ਼ੀ ਦੇਣੇ ਨੇ ਕੇਸਰੀ ਪਰਨੇ ਇਹ ਕੇਸਰੀ ਪਰਨੇ ਦੀ ਵੈਲਿਊ ਹੈ कुछ नहीं तुम कुछ दिलो यह मेरा वचन रहा गुरु गोबिंद सिंह का पुत ता गुरु गोबिंद सिंह का पुत दोबारा इंदौर नहीं आवांगा अपनी जिंदगी किसी ने बोलना नहीं दीवान पहले गल सुनो अजे आवाज आ रही है जेड़ा बोलेगा गुरु नानक का देनदार होगा गुरु नानक की अजूरी च अजे कोई नहीं बोलेगा भाई साहब कहने मेरी पीढ़ी का सिद्धांत है मैनू इन्हों की गल नहीं समझ आ रही ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀੜ੍ਹੀ ਕਿਹੜੀ ਰਾਜਨੀਤੀ ਉਹ ਬੀਬੀ ਉਹ ਤੁਸੀਂ ਫਿਰ ਬੋਲਦੀਆਂ ਸੁਣਦੀਆਂ ਨੇ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਟਾਇਰ ਪਾ ਕੇ ਤੁਹਾਨੂੰ ਸਾੜਿਆ ਜਾਂ ਤੁਸੀਂ ਫਿਰ ਵੀ ਸੁਧਰਦੇ ਜਗਾਰੇ ਛੱਡਣੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਕੌਮ ਹੈ ਸਾਡੀ ਮਰੀ ਹੋਈ ਤੁਹਾਡੇ ਪੱਲੇ ਕੱਖ ਨਹੀਂ ਹੈ ਉਹ ਯਾਦ ਰੱਖੋ ਮੇਰੀ ਗੱਲ ਨੋਟ ਕਰ ਲਿਓ ਦੁਬਾਰਾ ਭੁਗਤੋਗੇ ਸੂਤ ਹੀ ਨਹੀਂ ਆਉਂਦਾ ਤੁਸੀਂ ਲੋਕ ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਮੈਂ ਲੜਾਂ ਦਿਨ ਰਾਤ ਤੁਰਨ ਵਾਲਾ ਤੁਸੀਂ ਪੱਗਾਂ ਕਿਉਂ ਬਣੀਆਂ ਲਾ ਕੇ ਥੱਲੇ ਰੱਖੋ ਕਿਰਪਾਨਾਂ ਕਿਉਂ ਪਾਈਆਂ ਜੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਬਣ ਗਿਆ ਪੱਲੇ ਕੱਖ ਨਹੀਂ ਤੁਹਾਡਾ ਕੀ ਪੱਲੇ ਰੱਖਿਆ ਤੁਹਾਡੀ ਰਾਜਨੀਤੀ ਇਹ ਕਹਿੰਦੀ ਆਪਣੇ ਧੀਆਂ ਦੀ ਪੱਤ ਲਵਾ ਕੇ ਤੁਸੀਂ ਉਹ ਸਾਰਾ ਕੁਛ ਆਪਣਾ ਵੇਚ ਦਿਓ ਇਹ ਪੀਲੇ ਪਰਨੇ ਜਿਹਨੂੰ ਮਰਜ਼ੀ ਦੇਣੇ ਨੇ ਕੇਸਰੀ ਪਰਨੇ ਇਹ ਕੇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਚ ਵਾਰ ਕੇ ਗੁਰੂ ਗੋਬਿੰਦ ਸਿੰਘ ਨੇ ਕੇਸਰੀ ਕਰਨਾ ਦਿੱਤਾ ਤੇ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦੇਈ ਮੈਂ ਕੀਰਤਨ ਨਹੀਂ ਕਰਨਾ ਸੀ ਅੱਜ ਮੈਨੂੰ ਮਾਫ਼ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਹੈ ਔਰ ਮੁੜ ਕੇ ਯਾਦ ਰੱਖਿਓ ਆਪਣੀ ਜ਼ਿੰਦਗੀ ਚਿੰਦੌਰ ਦੁਬਾਰਾ ਨਹੀਂ ਆਉਂਦੀ ਇਹ ਵਚਨ ਕਰਕੇ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੁਬਾਰਾ ਇੰਦੌਰ ਨਹੀਂ ਆਵਾਂਗਾ ਕੁਛ ਨਹੀਂ ਤੁਸੀਂ ਕੁਛ ਦਿਲੋ ਇਹ ਮੇਰਾ ਵਚਨ ਰਿਹਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਦੁਬਾਰਾ ਇੰਦੌਰ ਨਹੀਂ ਆਵਾਂਗਾ ਆਪਣੀ ਜ਼ਿੰਦਗੀ ਚ ਔਰ ਨਹੀਂ ਹੋ ਗਿਆ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਸੀ ਜੇ ਤੁਸੀਂ ਜਿੰਦਾ ਹੁੰਦੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਮੈਂ ਨਹੀਂ ਤੇ ਬੋਲ ਰਿਹਾ ਨਾ ਹੁਣ ਬੋਲੇ ਮੇਰੀ ਵਾਰੀ ਬੋਲ ਰਹੇ ਹੋ ਉਸ ਸਮੇਂ ਕਿੱਥੇ ਸੀ ਨਹੀਂ ਮੇਰੀ ਵਾਰੀ ਬੋਲ ਰਹੇ ਹੋ ਆ ਕੇ ਉਸ ਸਮੇਂ ਕਿੱਥੇ ਸੀ ਬੇਨਤੀ ਹੈ ਭਾਈ ਸਾਹਿਬ ਬੇਨਤੀ ਹੈ ਕਿ ਆਪਨੇ ਪਲੀਜ਼ ਚੁੱਪ ਰਹੋ ਜੀ ਪਲੀਜ਼ ਚੁੱਪ ਰਹੋ ਆਪਨੇ ਬੇਨਤੀ ਹੈ ਕਿ ਕੇਸਰੀ ਸਿਰੋਪੇ ਕਿਸੇ ਨੂੰ ਦਿੱਤਾ ਗਿਆ ਮਿਮਿੰਟੋ ਦਿੱਤਾ ਗਿਆ ਅਸੀਂ ਅੱਜ ਤੋਂ ਨਹੀਂ ਅੱਜ ਤੋਂ 20 ਸਾਲ ਪੁਰਾਣੀ 15 ਸਾਲ ਪੁਰਾਣੀ ਸਾਡੀ ਧਾਰਨਾ ਹੈ ਅਸੀਂ ਕਿਸੇ ਨੂੰ ਸਿਰੋਪਾ ਨਹੀਂ ਦਿੰਦੇ ਸਿਰੋਪਾ ਕਿਸੇ ਨੇ ਦਿੰਦੇ ਇਸ ਤੁਸੀਂ ਪਰਚੋਲ ਕਰੋ ਤੁਸੀਂ ਕੀ ਕੀਤਾ ਮੈਂ ਆਪਣਾ ਕੀਰਤਨ ਕਰਕੇ ਆਪਣੇ ਟਾਈਮ ਸਿਰ ਆਪਣਾ ਇੰਦੌਰ ਛੱਡ ਗਏ ਇਹ ਹੁਣ ਤੁਸੀਂ ਪਰਚੋਲ ਕਰਿਓ ਜੇ ਮੈਂ ਗਲਤ ਹਾਂ ਮੈਨੂੰ ਰੱਬ ਭੁਗਤੇਗਾ ਜੇ ਤੁਸੀਂ ਗੱਲ ਤੋਂ ਗੁਰੂ ਨਾਨਕ ਤੁਹਾਨੂੰ ਦੇਖੋ ਸਤ ਬਚਨ ਆਪ ਜੀ ਤੇ ਬੋਲੇ ਸੋ ਨਿਹਾਲ ਤੱਕ ਜਗਾਰਾ ਛੱਡ ਕੇ ਲੋਕਾਂ ਨੇ ਬੋਲੇ ਸੋ ਨੇ ਆਪ ਨਹੀਂ ਜਗਾਰਾ ਨਹੀਂ ਛੱਡਣਾ ਖੁਸ਼ ਕਰ ਦਿਓ ਜਗਾਰਾ ਨਹੀਂ ਛੱਡਣਾ ਮੈਂ ਕੀਰਤਨ ਕਰੂੰਗਾ ਗੁਰੂ ਨਾਨਕ ਜਗਾਰਾ ਜਗਾਰੇ ਦਾ ਅਰਥ ਸਮਝੋ ਮੈਂ ਜੋ ਆਪ ਠੀਕ ਸਮਝੋ ਕਰੋ ਆਪ ਵਿਦਵਾਨ ਹੋ